हाँ जी, कारण यही हो जाए जो ये ना 5-4 महीने ला के आया जो कंपनी च, इसको वो पैसे ही कोई 60-70 हज़ार रुपया, तो लैके आया ये यारा दोस्तों को पता ही भी आ रहा, तो इन्हें किसी फोन नहीं किया, कोई घरदियां नूं जे पता ही भी आ रहा, तो इन्हां यारा दोस्तों ने घर आउंदे ही पूछ लिया, तो बाहर खड़ के पैसे खोहण दी वजह से दातर मार के उसका कतल किया गया जी। ਕਿਹੜੇ ਪਿੰਡ ਤੇ ਜੀ? हाँ जी, वो चीमा खुडी दे दस दे जो। ਨਹੀਂ ਨਹੀਂ हाँ जी, ਤੁਸੀਂ ਕਿਹੜੇ ਪਿੰਡ ਆ ਜਿਹੜੇ ਗੱਤ ਜਿੰਨਾਂ ਦੀ, ਇਹ ਕਿਹੜੇ ਪਿੰਡ ਦੇ? ਸ੍ਰੀ ਹਰਗੋਬਿੰਦਪੁਰ ਸ਼ਹਿਰ ਦੇ ਜੋ। ਤੇ ਸਰ ਆਏ ਕਿ ਤੁਸੀਂ ਕਿਹੜੇ ਪਿੰਡ ਦੇ? ਇਹ ਆਏ ਹੀ ਬੰਬੇ ਲਾਗੇ ਕੋਈ ਕੰਪਨੀ ਸੀ ਜਾਮਨਗਰ। ਕੋਈ ਪੁਰਾਣੀ ਰੰਜਿਸ਼ ਵਗੈਰਾ? हाँ जी, कोई यारी दोस्त ही ਪਿੱਛੇ ਪੈਸੇ ਖਾਤੇ ਜੀ ਮਾਰਿਆ ਗਿਆ। ਬੰਦੇ ਪਛਾਣ ਚ ਆਏ ਕੋਈ? हाँ जी, ਬੰਦੇ ਪਛਾਣ ਚ ਆ ਗਏ ਜੀ। ਕਿੰਨੀ ਉਮਰ ਇਹਨਾਂ ਦੀ? ਇਹਨਾਂ ਦੀ ਹੈਗੀ ਸੀ 19 ਸਾਲ ਦੀ। ਪਰਚਾ ਵੀ ਆ ਗਿਆ? ਪਰਚਾ ਹੋ ਗਿਆ ਵਾ 302 ਦਾ ਜੀ। ਇਹ ਨਾਨਕ ਸਿੰਘ ਆ ਜੀ, ਪੁੱਤਰ ਬਲਕਾਰ ਸਿੰਘ, ਬਜਾਜਾ ਮੱਲਾ ਸ਼੍ਰੀ ਵਿੰਪਰ ਜੀ। ਇਹ ਕਿੱਥੇ ਕਤਲ ਹੋਇਆ? ਇਹ ਕਤਲ ਜੀ, ਇਹ 25 ਤਰੀਕ ਨੂੰ ਕੰਪਨੀ 'ਚੋਂ ਆਇਆ ਜੀ, ਅਤੇ ਇਹਨੂੰ ਦੋ ਜਣੇ ਜਿਹੜੇ ਆ ਘਰੋਂ ਬੁਲਾ ਕੇ ਲੈ ਗਏ ਜੀ, ਅਤੇ ਮਾੜੀ ਬੁੱਚਾਂ ਕਮਾਦ 'ਚੋਂ ਇਹਦੀ ਲਾਸ਼ ਮਿਲੀ। ਇਹ 302 ਦਾ ਪਰਚਾ ਤੁਹਾਨੂੰ ਦਰਜ ਕੀਤਾ ਜੀ। ਬੰਦੇ ਅਰੈਸਟ ਹੋਏ? ਕਿੰਨਾ ਦਿੱਤਾ ਕੀਤਾ? ਅਰੈਸਟ ਨਹੀਂ, ਬੰਦੇ ਅਜੇ ਅਰੈਸਟ ਨਹੀਂ ਹੋਏ ਜੀ। ਨਾਂ ਕੀ ਉਹਨਾਂ ਦਾ? ਕਰਨ ਜੀ, ਕਰਨ, ਅਤੇ ਇੱਕ ਹਰਪ੍ਰੀਤ ਹੈ ਵਾਸੀ ਚੀਮਾ ਖੁੱਡੀ। ਰੰਜਿਸ਼ ਦਾ ਕੋਈ ਕਾਰਨ ਪਤਾ ਲੱਗਾ ਇਹਨਾਂ ਦਾ? ਰੰਜਿਸ਼ ਪਹਿਲਾਂ ਕਦੇ 6 ਮਹੀਨੇ ਤੂੰ ਤੂੰ ਮਾਮਾ ਹੋਈ ਇਹਨਾਂ ਦੀ ਜੀ, ਉਹ ਤੋਂ ਬਾਅਦ ਜਾਂਦਾ ਅਜੇ ਆਇਆ ਜੀ ਘਰ ਜੀ, ਅਤੇ ਜਦੋਂ ਲੱਗ ਜਾਂਦਾ।